ਕਰਮਾਨ ਹੈ ਉਮੀਦ ਕਰਨਾ ਸਾਰੇ ਤਮਾਮ ਦੋਸਤ ਖੈਰ ਹਰੀਅਤ ਨਾਲ ਦੱਸੋ ਤਾਂ ਮੈਂ ਸਾਨੂੰ ਭਾਈ ਹਾਸ਼ਮ ਸਾਹਿਬ ਦਾ ਕੀ ਰਿਹਾ ਸੀ ਹਾਸ਼ਮ ਯੂਟਿਊਬ ਚੈਨਲ ਅਸੀਂ ਨੇ ਵਲੋਗ ਐਸਾ ਆ ਕਿ ਅਸੀਂ ਦੁਲੇ ਹਾਂ ਦਮਨ ਏ ਕੋਹ ਫੈਸਲ ਮਸਜਿਦ ਅਤੇ ਦੁਲੀ ਉੱਥੇ ਵਿਜ਼ਿਟ ਕਰਸਾਂ ਨਾਲ ਇਫਤਾਰੀ ਇਫਤਾਰੀ ਉੱਥੇ ਕਰਸਾਂ ਦਿੱਤੀ ਜੀ ਅਤੇ ਅਸੀਂ ਜਿੰਨੇ ਉੱਧਰ ਤਾਂ ਉੱਧਰ ਨੂੰ ਅਸੀਂ ਦੱਸਣੇ ਅਸੀਂ ਕਿਹ ਸਿਨੈਰੀਓ ਆ ਕਿਹ ਸਿਸਟਮ ਹੈ ਅਤੇ ਅੱਜ ਨੇ ਵਲੋਗ ਕਰਨੇ ਸਟਾਰਟ ਅਤੇ ਨਿਕਲੇ ਅਸਾਂ ਅਤੇ ਜਿਹਨਾਂ ਐਕਸ ਟੀ ਹਾਸ਼ਮ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਜਲਦੀ ਐਕਸ ਟੀ ਹਾਸ਼ਮ ਚੈਨਲ ਲਈ ਸਬਸਕ੍ਰਾਈਬ ਕਰਨ ਅਤੇ ਐਕਸ ਟੀ ਹਾਸ਼ਮ ਨਾਲ ਫੇਸਬੁੱਕ ਨਾਲ ਪੇਜ ਹੈ ਉਹ ਵੀ ਫੋਲੋ ਕਰੋ ਸ਼ੁਕਰੀਆ ਵਲੋਗ ਸਟਾਰਟ ਇਹ ਸਰ ਅਸਾਂ ਨੇ ਬੀ ਐਮ ਡਬਲਿਊ ਖਲਤੀ ਹੈ ਇਸ ਪਰ ਅਸਾਂ ਜਿਲੇ ਹਾਂ ਹੁਣ ਬੀ ਐਮ ਡਬਲਿਊ ਸਟਾਰਟ ਹੋ ਗਈ ਹੈ ਅਸਾਂ ਇਹ ਨਿਕਲਣ ਲਿਆ ਤਾਂ ਆਪਣੇ ਵਲੋਗ ਨਾਲ ਕਰਨੇ ਆਗਾਜ਼ ਸਾਡਾ ਇਸ ਟਾਈਮ ਅਸਾਂ ਦਮਨ ਏ ਕੋਹ ਪਹੁੰਚੇ ਆਏ ਹਾਂ ਅਤੇ ਪਰਚੀ ਸ਼ਰਚਿੰਗ ਲਾਏ ਆਪਣੀ ਬੀ ਐਮ ਡਬਲਿਊ ਅਤੇ ਹੁਣ ਅੱਗੇ ਵਿਊ ਪੁਆਇੰਟ ਹੈ ਦਮਨ ਏ ਕੋਹ ਜੁੜਨੇ ਉੱਥੇ ਅਤੇ ਉੱਥੇ ਜਾਈਦਾ ਵਿਊ ਦੱਸਣੇ ਆ ਤੁਸੀਂ ਅਤੇ ਨਾਲ ਫਿਰ ਨਾਲ ਇਫਤਾਰੀ ਕਰਸਾਂ ਸੋਚਣੇ ਕਿ ਇੱਥੇ ਕੀਤੀ ਜਾਏਗੀ ਜਾਂ ਫੈਸਲ ਮਸਜਿਦ ਇਹ ਕੀਤੀ ਜਾਏ ਲੇਕਿਨ ਇਫਤਾਰੀ ਵੀ ਕਰਸਾਂ ਅਤੇ ਜਿਹੜੇ ਬੰਦੇ ਯੂਟਿਊਬ ਚੈਨਲ ਪਰ ਨਵੇਂ ਹਨ ਉਹਨਾਂ ਇਹ ਅਪੀਲ ਹੈ ਕਿ ਚੈਨਲ ਕੀ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਸੋ ਰਮਜ਼ਾਨ ਹੈ ਬੋਲਣ ਘੱਟ ਹੀ ਹੋਣਾ ਆ ਜਿਵੇਂ ਇੱਥੋਂ ਪੂਰਾ ਰੌਲ ਪਿੰਡੀ ਅਤੇ ਇਸਲਾਮਾਬਾਦ ਦੇ ਨਾਲ ਇਹ ਹਾਈਵੇ ਇਹ ਕਿਆ ਨਾਮ ਹੈ ਸੈਂਟੋਰੀਅਸ ਮਾਲ ਅਤੇ ਇਹ ਨਾਲ ਹੀ ਫੈਸਲ ਮਸਜਿਦ ਅੱਛਾ ਸਰ ਦਮਨ ਨੇ ਕਿਉਂ ਨਾ ਵਿਊ ਸੀ ਪਸੰਦ ਆਇਆ ਸੀ ਹੁਣ ਨਮਾਜ਼ ਯਸਰ ਨਾਲ ਟਾਈਮ ਵੀ ਹੋਣਾ ਪਿਆ ਅਤੇ ਇਫਤਾਰੀ ਨਾਲ ਵਕਤ ਵੀ ਬਹੁਤ ਹੀ ਕਰੀਬ ਹੈ ਅਤੇ ਹੁਣ ਨਮਾਜ਼ ਯਸਰ ਪਰ ਇਫਤਾਰੀ ਨਹੀਂ ਤਿਆਰੀ ਕਰਸਾਂ ਅਤੇ ਇਫਤਾਰੀ ਇਨਸ਼ਾ ਅੱਲਾ ਫੈਸਲ ਮਸਜਿਦ ਕਰਸਾਂ ਅਤੇ ਹੁਣ ਚਾਹੀਂ ਅੱਗੇ ਮਿਲਸਾਂ ਫੈਸਲ ਮਸਜਿਦ ਨਮਾਜ਼ ਨਮਾਜ਼ ਸਰ ਪੜ੍ਹੀ ਰਹੇ ਹਾਂ ਤਾਂ ਹੁਣ ਇਫਤਾਰੀ ਨਹੀਂ ਕੋਈ ਤਿਆਰੀ ਕਰਨੇ ਆ ਰਮਜ਼ਾਨ ਸਾਹਿਬ ਬਾਈਕ ਡਰਾਈਵ ਕਰੀ ਰਹੇ ਨਾ
ਇਫਤਾਰੀ ਨੂੰ ਵੀ ਤਿਆਰੀ ਕਰਨੇ ਇਫਤਾਰੀ ਕਿੰਨੇ ਆ ਜਿਹਦਾ ਕਿ ਇਹਦਾ ਪੈਸੇ ਮੈਸੇਜ ਹੁੰਦੇ ਆ ਉੱਥੇ ਜੇਬ 'ਚ ਮਿਲਣੇ ਆ ਇਫਤਾਰੀ ਦਾ ਸਾਡਾ ਅਸਾਂ ਸਮੋਸੇ ਪਕੌੜੇ ਕਿੰਨੇ ਲੈ ਇੱਥੋਂ ਇੱਕ ਰੋਲ ਚੋਲ ਪਕਾਇਆ ਇੱਕ ਬਾਕੀ ਚੀਜ਼ਾਂ ਨਾਲ ਅੱਗੇ ਮਿਲਣੇ ਆ ਪਾਣੀ ਪੜੇ ਹੈਲੋ ਮਾਰੇ ਦਹੀਂ ਭਲੇ ਔਰ ਪੂਛ ਚਮਚ ਡਾਲੇ ਕਿਤਨੇ ਹੋ ਗਏ ਫਾਈਨਲੀ ਸਾਡਾ ਅਸਾਂ ਫੈਸਲ ਮਸਜਿਦ ਪਹੁੰਚੇ ਹਾਂ ਨਮਾਜ਼ ਮਰ ਪੜੀ ਇਫਤਾਰੀ ਦਾ ਸਮਾਨ ਥੋੜ੍ਹਾ ਕਿ ਨਹੀਂ ਆਈ ਗਿਆ ਅਤੇ ਹੁਣ ਇੱਥੇ ਇਫਤਾਰੀ ਕਰਸਾਂ ਅਤੇ ਨਾਲ ਸਿੰਘ ਦੱਸਦੇ ਹਾਂ ਨਾਲ ਫੈਸਲ ਮਸਜਿਦ ਨਾਲ ਜੁੜ ਜਾਣੇ ਹਾਂ ਉੱਥੇ ਚਲੋ ਉੱਥੇ ਇਸ ਟਾਈਮ ਅਸਾਂ ਫੈਸਲ ਮਸਜਿਦ ਦੇ ਅੰਦਰ ਹਾਂ ਰਸ਼ ਚੈੱਕ ਕਰਨੇ ਉਸ ਅਸਾਂ ਖੁਦ ਦੀ ਇਹ ਫੈਸਲ ਮਸਜਿਦ ਰਸ਼ ਤਾਂ ਖੁਦ ਦੀ ਚੈੱਕ ਕਰਨੇ ਉਸ ਬਿਨੇ ਸਜੀ ਹਾਂ ਨਹੀਂ ਲੱਭਣੀ ਪਈ ਚਲੋ ਕੋਈ ਜਗ੍ਹਾ ਲਾਉਂਦੇ ਹਾਂ ਤਾਂ ਫਿਰ ਇਫਤਾਰੀ ਕਰੀ ਦਾ ਨਾਲ ਸੀ ਦੱਸਣੇ ਹਾਂ ਰਸ਼ ਤਾਂ ਚੈੱਕ ਕਰਨੇ ਉਸ ਐਸਾ ਫੈਸਲ ਮਸਜਿਦ ਪਸੰਦ ਆਇਆ ਸੁਰਿੰਦਰ ਮਹਾਰਾਜ ਨੂੰ ਵਲੋਗ ਪਸੰਦ ਆਇਆ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਸੋ ਮਿਲ ਸਕੇ ਅਗਲੇ ਵਲੋਗ ਵਿੱਚ ਤਬ ਤੱਕ ਲਈ ਅੱਲਾਹ ਹਾਫਿਜ਼ ਅੱਲਾਹ ਮਿਹਰਬਾਨ ਹਾਸ਼ਮ ਚੌਧਰੀ ਨੇ ਚੈਨਲ ਕੀ ਸਬਸਕ੍ਰਾਈਬ ਕਰੋ ਅਤੇ ਨਾਲ ਟੁਨ ਨਾ ਬਟਨ ਦਬਾਓ ਦਬਾਇਆ ਕੋਈ ਨਹੀਂ ਮਿਹਰਬਾਨੀ